ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ Harika Job Alert ਦੇ ਉੱਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਅੱਜ ਤੁਹਾਡੇ ਲਈ ਭਰਤੀ ਸੰਬੰਧੀ ਖਬਰ ਲੈ ਕੇ ਆਏ ਹਾਂ ਜੀ ESM ਕੰਟੇਨ ਨਮਾ ਸ਼ਹਿਰ ਵੱਲੋਂ ਤੇ ਦੋਸਤੋ ESM ਕੰਟੇਨ ਦੇ ਵਿੱਚ ਭਰਤੀ ਨਿਕਲੀ ਆ ਦੋਸਤੋ ਅਲੱਗ-ਅਲੱਗ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਹਦੇ ਲਈ ਤੁਸੀਂ ਆਫਲਾਈਨ ਅਪਲਾਈ ਕਰਨਾ ਹੋਵੇਗਾ ਬਾਈ ਡਾਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਅਪਲਾਈ ਕਰਨ ਦੇ ਲਈ ਤੁਸੀਂ ਜਾਂ ਤਾਂ ਕੋਰੇ ਕਾਗਜ਼ ਦੇ ਉੱਤੇ ਆਪਣਾ ਸਾਰਾ ਬਾਇਓ ਡਾਟਾ ਲਿਖ ਦੇਣਾ ਜਾਂ ਫਿਰ ਕੋਈ ਆਪਣਾ ਰੈਜ਼ਿਊਮ ਵਗੈਰਾ ਤੁਸੀਂ ਭੇਜ ਦੇਣਾ ਉੱਥੇ ਤੇ ਦੋਸਤੋ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਵੈਕੈਂਸੀ ਚੈੱਕ ਕਰਦੇ ਹਾਂ ਕਿਹੜੀਆਂ-ਕਿਹੜੀਆਂ ਵੈਕੈਂਸੀਆਂ ਨੇ ਤੇ ਕੀ-ਕੀ ਕੁਆਲਿਫਿਕੇਸ਼ਨ ਆ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਅਕਾਊਂਟੈਂਟ ਦੀ ਵੈਕੈਂਸੀ ਆ ਇੱਕ ਵੈਕੈਂਸੀ ਆ ਦੋਸਤੋ ਇਹਦੇ ਲਈ ਤੁਸੀਂ 12ਵੀਂ ਪਾਸ ਹੋਣੇ ਚਾਹੀਦੇ ਹੋ ਵਿਦ ਨੋਲਿਜ ਇਨ ਕਮਰਸ ਯਾ ਅਕਾਊਂਟਸ ਐਂਡ ਨੋਲਿਜ ਆਫ ਕੰਪਿਊਟਰ ਤੁਸੀਂ 12ਵੀਂ ਕੀਤੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਕਮਰਸ ਜਾਂ ਅਕਾਊਂਟਸ ਦੀ ਨੌਲੇਜ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਐਮ ਐਸ ਐਕਸਲ ਆਉਂਦਾ ਹੋਵੇ ਤੁਹਾਨੂੰ ਤੇ ਤੁਸੀਂ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਜਲੰਧਰ ਜਾਂ ਫਿਰ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਤੇ ਏਜ ਆ ਜਿਹੜੀ ਤੁਹਾਡੀ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ 55 ਸਾਲ ਤੋਂ ਨੀਚੇ ਤੁਹਾਡੀ ਏਜ ਹੋਣੀ ਚਾਹੀਦੀ ਹੈ ਤੇ ਦੈਨ ਤੁਹਾਡੀ ਸੈਕੰਡ ਪੋਸਟ ਹੈ ਜੀ ਐਲ ਡੀ ਸੀ ਕਲਰਕ ਦੀ ਲੋਅਰ ਡਿਵੀਜ਼ਨ ਕਲਰਕ ਇਹਦੇ ਲਈ ਤੁਸੀਂ 12ਵੀਂ ਪਾਸ ਹੋਣੇ ਚਾਹੀਦੇ ਹੋ ਕਮਰਸ ਜਾਂ ਅਕਾਊਂਟਸ ਤੇ ਕੰਪਿਊਟਰ ਦੀ ਨੌਲੇਜ ਤੁਹਾਨੂੰ ਹੋਣੀ ਜ਼ਰੂਰੀ ਆ ਐਮ ਐਸ ਐਕਸ ਲਾਉਣਾ ਜ਼ਰੂਰੀ ਆ ਤੇ ਜਲੰਧਰ ਜਾਂ ਨਵਾਂ ਸ਼ਹਿਰ ਦੇ ਤੁਸੀਂ ਵਸਨੀਕ ਹੋਣੇ ਚਾਹੀਦੇ ਹੋ ਤੇ ਏਜ ਆ ਜਿਹੜੀ 55 ਸਾਲ ਤੋਂ ਨੀਚੇ ਹੋਵੇ ਤੁਹਾਡੀ ਤੇ ਦੈਨ ਦੋਸਤੋ ਬਿਲਿੰਗ ਕਲਰਕ ਇਹਦੀ ਵੀ ਇੱਕ ਪੋਸਟ ਆ ਜੀ ਇਹਦੇ ਲਈ ਵੀ ਸੇਮ ਕੁਆਲੀਫਿਕੇਸ਼ਨ ਆ 12ਵੀਂ ਪਾਸ ਵਿਦ ਨੌਲੇਜ ਇਨ ਕਮਰਸ ਅਕਾਊਂਟਸ ਅਤੇ ਕੰਪਿਊਟਰ ਦੀ ਤੇ ਕਹਿਣ ਤੋਂ ਭਾਵ ਹੈ ਕਿ ਸਿੰਪਲ ਆਰਟਸ ਵਾਲੇ ਵੀ ਅਪਲਾਈ ਕਰ ਸਕਦੇ ਆ ਬਟ ਤੁਹਾਨੂੰ ਇਹਨਾਂ ਵਿਸ਼ਿਆਂ ਦੀ ਨੋਲੇਜ ਹੋਣੀ ਜ਼ਰੂਰੀ ਆ ਕਮਰਸ ਅਕਾਊਂਟਸ ਵਗੈਰਾ ਦੀ ਤੇ ਕੰਪਿਊਟਰ ਦੀ ਤੇ ਇਹਦੇ ਲਈ ਵੀ ਰੈਜ਼ੀਡੈਂਟ ਤੁਸੀਂ ਜਲੰਧਰ ਜਾਂ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋਣੇ ਚਾਹੀਦੇ ਹੋ ਏਜ ਤੁਹਾਡੀ 55 ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਇੱਕ ਪੋਸਟ ਹੈ ਜੀ ਵਾਚਮੈਨ ਦੀ ਇਹਦੇ ਲਈ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਹੋ ਘੱਟੋ-ਘੱਟ ਤੇ ਉਮਰ ਆ ਜਿਹੜੀ ਤੁਹਾਡੀ 45 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਤੇ ਇਹਦੇ ਲਈ ਕੋਈ ਵੀ ਜ਼ਿਲ੍ਹੇ ਦਾ ਕੋਈ ਚੱਕਰ ਨਹੀਂ ਆ ਕਿਹੜੇ ਵੀ ਜ਼ਿਲ੍ਹੇ ਦਾ ਕੈਂਡੀਡੇਟ ਵਾਚਮੈਨ ਦੇ ਲਈ ਅਪਲਾਈ ਕਰ ਸਕਦਾ ਤੇ ਬਾਕੀ ਜਿੰਨੇ ਵੀ ਬਾਕੀ ਪੋਸਟਾਂ ਨੇ ਜਿਹਦਾ ਅਕਾਊਂਟੈਂਟ ਐਲਡੀਸੀ ਬਿਲਿੰਗ ਕਲਰਕ ਇਹਦੇ ਲਈ ਜਿਹੜੇ ਜ਼ਿਲ੍ਹੇ ਮੰਗੇ ਆ ਉਹਨਾਂ ਜ਼ਿਲਾਂ ਦੇ ਹੀ ਕੈਂਡੀਡੇਟ ਅਪਲਾਈ ਕਰਨਗੇ ਤੇ ਇਹ ਦੋਸਤੋ ਕੰਟਰੈਕਟ ਬੇਸਿਸ ਤੇ ਭਰਤੀ ਆ ਤੇ 350 ਦਿਨਾਂ ਦੇ ਲਈ ਭਰਤੀ ਆ ਕਹਿਣ ਤੋਂ ਭਾਵ ਹੈ ਲਗਭਗ 1 ਸਾਲ ਦੇ ਲਈ ਤੁਹਾਨੂੰ ਰੱਖਿਆ ਜਾਏਗਾ ਦੋਸਤੋ ਤੇ ਸਭ ਤੋਂ ਪਹਿਲੀ ਪ੍ਰੈਫਰੈਂਸ ਦਿੱਤੀ ਜਾਏਗੀ ਐਕਸ ਸਰਵਿਸਮੈਨ ਨੂੰ ਦੈਨ ਸੈਕੰਡ ਪ੍ਰੀਫਰੈਂਸ ਦਿੱਤੀ ਜਾਏਗੀ ਡਿਪੈਂਡੈਂਟਸ ਆਫ ਐਕਸ ਸਰਵਿਸਮੈਨ ਜਿਹੜੇ ਉਹਨਾਂ ਦੇ ਬੱਚੇ ਵਗੈਰਾ ਐਕਸ ਸਰਵਿਸਮੈਨ ਦੇ ਤੇ ਥਰਡ ਪ੍ਰੀਫਰੈਂਸ ਦਿੱਤੀ ਜਾਏਗੀ ਸਿਵਿਲਿਅਨ ਕੈਂਡੀਡੇਟਸ ਨੂੰ ਤੇ ਇਹਦੇ ਲਈ ਤੁਸੀਂ ਅਪਲਾਈ ਕਿਦਾਂ ਕਰਨਾ ਆਪਣਾ ਜੋ ਵੀ ਬਾਇਓ ਡਾਟਾ ਤੁਸੀਂ ਆਪਣਾ ਜਾਂ ਤਾਂ ਪਲੇਨ ਪੇਪਰ ਦੇ ਉੱਤੇ ਲਿਖ ਲੈਣਾ ਜੋ ਵੀ ਤੁਹਾਡਾ ਕੁਆਲੀਫਿਕੇਸ਼ਨ ਆ ਕੋਈ ਐਕਸਪੀਰੀਅੰਸ ਆ ਤੇ ਇਸ ਤੋਂ ਇਲਾਵਾ ਆਪਣਾ ਜੋ ਵੀ ਤੁਹਾਡਾ ਮੋਬਾਈਲ ਨੰਬਰ ਈਮੇਲ ਆਈਡੀ ਆਪਣਾ ਸਾਰਾ ਤੁਸੀਂ ਡੇਟ ਆਫ ਬਰਥ ਵਗੈਰਾ ਇਹ ਸਾਰਾ ਮੈਂਸ਼ਨ ਕਰ ਦੇਣਾ ਤੇ ਨਾਲ ਉਹਦੇ ਫੋਟੋ ਕਾਪੀਜ਼ 셀ਫ ਅਟੈਸਟਡ ਜਿਹੜੀਆਂ ਅਟੈਚ ਕਰ ਦੇਣੀਆਂ ਨੇ ਆਪਣੀ ਫੋਟੋ ਵਗੈਰਾ ਲਾ ਦੇਣੀਆਂ ਤੇ ਇਸ ਤੋਂ ਇਲਾਵਾ ਜੇਕਰ ਇਹ ਤਰੀਕਾ ਨਹੀਂ ਅਪਣਾਉਣਾ ਤੁਸੀਂ ਤਾਂ ਤੁਸੀਂ ਆਪਣਾ ਕੋਈ ਰੈਜ਼ਿਊਮ ਵਗੈਰਾ ਬਣਾਇਆ ਹੋਣਾ ਤੁਹਾਡਾ ਉਹਦੇ ਤੇ ਆਪਣੀ ਫੋਟੋ ਲਗਾ ਕੇ ਉਹਦੇ ਨਾਲ 셀ਫ ਅਟੈਸਟਡ ਜਿਹੜੇ ਵੀ ਤੁਹਾਡੇ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ ਨੇ ਉਹਦੀਆਂ ਫੋਟੋ ਕਾਪੀਜ਼ ਅਟੈਚ ਕਰ ਦੋ ਤੇ ਸੈਂਡ ਕਿੱਥੇ ਕਰਨਾ ਐਡਰੈਸ ਨੋਟ ਕਰ ਲਓ ਦ ਕਮਾਂਡਿੰਗ ਆਫੀਸਰ 129 ਸਾਟਾ ਰੈਜੀਮੈਂਟ ਪਿੰਨ ਪਿੰਨ ਕੋਡ ਹੈ ਜੀ ਇਹ 927 129 ਤੇ ਸੀਓ 56 ਐਪੀਓ ਤਾਂ ਐਪੀਓ ਤੱਕ ਤੁਸੀਂ ਲਿਖਣਾ ਜ਼ਰੂਰੀ ਹੈ ਇਹ ਪੂਰਾ ਐਡਰੈਸ ਲਿਖਣਾ ਤੇ 10 ਦਸੰਬਰ 2020 ਲਾਸਟ ਡੇਟ ਹੈ ਉਸ ਤੋਂ ਪਹਿਲਾਂ-ਪਹਿਲਾਂ ਤੁਸੀਂ ਭੇਜ ਦੇਣਾ ਸਪੀਡ ਪੋਸਟ ਕਰ ਦੋ ਤਾਂ ਚੰਗੀ ਗੱਲ ਹੈ ਤੇ ਇਸ ਤੋਂ ਇਲਾਵਾ ਦੋਸਤੋ ਇਹਦੇ ਲਈ ਕੋਈ ਵੀ ਫੀਸ ਨਹੀਂ ਹੈ ਫ੍ਰੀ ਆਫ ਕਾਸਟ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਬਾਕੀ ਕੁਝ ਨਹੀਂ ਪਤਾ ਲੱਗ ਰਿਹਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਉੱਥੇ ਤੁਹਾਡੀ ਪੂਰੀ ਸਹਾਇਤਾ ਕਰਾਂਗੇ ਤੇ ਬਾਕੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਜੇਕਰ ਕੋਈ ਸਾਡੇ ਥਰੂ ਕੈਂਡੀਡੇਟ ਅਪਲਾਈ ਕਰਨਾ ਚਾਹੁੰਦਾ ਸਾਡੇ ਥਰੂ ਤੁਸੀਂ ਅਪਲਾਈ ਕਰਵਾ ਸਕਦੇ ਹੋ ਬਿਲਕੁਲ ਮਿਨੀਮਮ ਚਾਰजेस ਦੇ ਉੱਤੇ ਅਪਲਾਈ ਕਰ ਦਵਾਂਗੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਦੋਸਤੋ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਆਪਣੇ ਦੋਸਤਾਂ ਤੱਕ ਜਿਹੜੇ 8ਵੀਂ ਪਾਸ ਹੈਗੇ ਆ ਤੇ ਬਾਕੀ ਜਾਣਕਾਰੀ ਲਈ ਜੁੜੇ ਰਹੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ